ਪਿੱਛੇ ਤੇ ਲੁੱਕ ਐਵੇਂ ਦੀ ਆ ਜੂਗੀ, ਠੀਕ ਹੈ? ਮਤਲਬ ਐਵੇਂ ਹੋਇਆ ਨਾ ਇਹ, ਬਾ ਠੀਕ ਹੈ ਠੀਕ ਹੈ, ਐਵੇਂ ਪਿੱਛੇ ਤੇ ਲੁੱਕ ਐਵੇਂ ਦੀ ਆ ਜੂਗੀ। ਇੱਥੇ ਨੂੰ ਸੁੱਟ ਦੇਵਾਂ, ਸਕੂਟਰ ਪਰ ਛੱਡ ਦਵਾਂ ਸਲੰਸਰ ਵਾਲਾ ਬਾਬੇ। ਹੁਣ ਕੰਮ ਆਪਾਂ ਪੂਰਾ ਫਾਈਨਲ ਕਰ ਦੇਣਾ, ਠੀਕ ਹੈ? ਹੁਣ ਐਂ ਲੱਗਿਆ ਬਾਈ ਦਿਖੂਗਾ ਤੁਹਾਨੂੰ ਸਲੰਸਰ ਵੀ, ਹਾਂ ਬਈ ਆ ਗਿਆ ਵਾ ਲੋਗ, ਠੀਕ ਹੈ? ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ। 2-4 ਦਿਨ ਹੋ ਗਏ ਵਲੌਗ ਨਾ ਇੱਥੇ ਤਾਂ ਸ਼ੁਰੂ ਹੋ ਰਿਹਾ, ਗੇਟ ਜੇ ਕੋਲ ਤੇ, ਗੇਟ ਦੇ ਕੋਲ ਤੇ ਤਾਂ ਸ਼ੁਰੂ ਹੋ ਰਿਹਾ ਕਿਉਂਕਿ ਮੈਂ ਨਾ ਬਾਈ ਜਦ ਉੱਧਰ ਗਿਆ ਵਾ ਹੁੰਦਾ ਆਪਣੇ ਦੂਜੇ ਘਰੇ ਗਿਆ ਵਾ ਨਾ, ਸੋ ਫਿਰ ਉੱਧਰ ਤੇ ਆਉਂਦੇ ਆਉਂਦੇ ਵਲੌਗ ਸ਼ੁਰੂ ਕਰ ਲਈ ਦੇ। ਅਤੇ ਅੱਜ ਦੇ ਵਲੌਗ ਦੇ ਵਿੱਚ ਬਾਈ ਬਹੁਤ ਹੀ ਖਤਰਨਾਕ, ਕਹਿੰਦੇ ਨਾ ਖਤਰਨਾਕ ਚੀਜ਼, ਵੀ ਹਜੇ ਪ੍ਰੋਸੈਸ ਚੱਲ ਰਿਹਾ, ਠੀਕ ਹੈ ਬਾਈ? ਕਿਉਂਕਿ ਸੈੱਟ ਜਾ ਨਹੀਂ ਰਿਹਾ ਹੈਗਾ, ਅਤੇ ਤੁਹਾਨੂੰ ਦਿਖਾਵਾਂ ਵੀ ਇੱਧਰ ਕਿਹਾ ਮੈਂ ਬਿੰਗਾ ਜਿਹਾ ਕਰਿਆ ਪਿਆ ਏ, ਚੈੱਕ ਕਰੋ। ਕਹਿੰਦੇ ਵੀ ਇਹਦੇ ਵਿੱਚ ਹੁਣ ਬਾਈ ਸਲੰਸਰ ਆਪਾਂ ਨੇ ਦੇਣਾ ਇਹ ਵਾਲਾ ਖੋਲ, ਠੀਕ ਹੈ? ਕਿਉਂਕਿ ਹੁਣ ਇਹਦਾ ਸਲੰਸਰ ਆਪਾਂ ਪਾਉਣਾ ਇਹ ਵਾਲਾ, ਠੀਕ ਹੈ? ਪਹਿਲਾਂ ਬੁਲਟ ਨੂੰ ਪਾਇਆ ਪਤਾ, ਮੈਂ ਤੁਹਾਨੂੰ ਦੱਸ ਦੇਵਾਂ ਜਿਹੜਿਆਂ ਨੂੰ ਪਤਾ ਨਹੀਂ ਹੈਗਾ, ਠੀਕ ਹੈ? ਜਿਹੜੇ ਮੇਰੇ ਪੁਰਾਣੇ ਵਿਊਅਰਾਂ ਨੂੰ, ਪੁਰਾਣਿਆਂ ਨੂੰ ਤਾਂ ਚਲੋ ਪਤਾ, ਇੰਨਾ ਮੈਂ ਉਹਨੂੰ ਨਹੀਂ ਪਤਾ, ਭਾਰਾ ਬਾਲਾ ਯਾਰ, ਠੀਕ ਹੈ? ਵੀ ਆਪਾਂ ਨੇ ਬਾਈ ਇਹ ਆਪਣੇ ਪਾਉਣਾ ਤਾਂ ਵਿੱਚ, ਠੀਕ ਹੈ? ਅਤੇ ਥੋੜ੍ਹਾ ਜਿਹਾ ਵਿੱਚ ਮਤਲਬ ਕਿ ਪੇਪਰ ਉੱਪਰ ਅੜ ਗਏ ਜਾਂ ਥੋੜ੍ਹੀ ਜਿਹੀ ਇਹਦੇ ਵਿੱਚ ਦਿੱਕਤ ਆ ਗਈ, ਹੈ ਨਾ? ਤਾਂ ਸੈਟਿੰਗ ਨਹੀਂ ਤੀ ਬੈਟਰੀ ਹੈਗੀ, ਅਤੇ ਹੁਣ ਆਪਾਂ ਨੇ ਇਹ ਇੱਥੇ ਐਵੇਂ ਲਾ ਦੇਣਾ। ਬਹੁਤ ਔਖਾ ਲੱਗੂਗਾ ਬਾਈ, ਬਾਹਲਾ ਜ਼ਿਆਦਾ ਔਖਾ ਲੱਗੂਗਾ। ਉਹ ਹੈਪੀ ਆ, ਉਰੇ ਆ, ਅੱਜ ਡਨ ਕਰ ਦੇਣਾ ਕੰਮ, ਪੈਪ ਲਿਆਂਤਾ, ਆ ਜਾ ਲਵਾ ਦੇਣਾ ਅੱਜ, ਛੇਤੀ ਆ ਛੱਡ ਕੇ। ਅਤੇ ਬਾਈ ਆਹ ਆਪਾਂ ਨੇ ਇਹਦੇ ਵਿੱਚ ਪਤਾ ਕੀ ਕਰਨਾ ਪੈਣਾ ਯਾਰ, ਕਿਉਂਕਿ ਸਕੂਟਰ ਹੈਗਾ ਬੜਾ ਨੀਵਾਂ, ਠੀਕ ਹੈ? ਇੱਥੇ ਇਹਨੂੰ ਦੋ ਸੁਰਾਖ ਮਾਰ ਕੇ ਜਿੱਥੇ ਜਿੱਥੇ ਇਹਦੀ ਪ੍ਰੋਵੀਜ਼ਨ ਦਿੱਤੀ ਵੀ ਹੈ, ਅਤੇ ਆਹ ਦੇਖੋ ਯਾਰ, ਇੱਕ ਤਾਂ ਸਾਲੇ ਦੇ ਟਾਇਰ ਛੋਟੇ ਹੈ, ਬਾਹਲੇ ਟਾਇਰ ਛੋਟੇ ਹੈ। ਇੰਨਾ ਸਲੰਸਰ ਬਾਹਰ ਨੂੰ ਕੱਢ ਕੇ ਲਾਉਣਾ ਆਪਾਂ ਨੇ ਬਾਈ, ਇੰਨਾ ਸਲੰਸਰ ਜੇ ਲੱਗ ਗਿਆ ਨਾ ਬਾਬੇ, ਉਹ ਸਵਾਦ ਆ ਜੂਗਾ, ਇੰਨਾ ਸਲੰਸਰ, ਠੀਕ ਹੈ ਜੀ? ਫਿਰ ਚੈੱਕ ਕਰਿਓ, ਆਵਾਜ਼ ਬੂਝ ਤਾਂ ਨਹੀਂ ਸਾਨੂੰ ਹੈਗਾ ਫਰਕ, ਵੀ ਆਵਾਜ਼ ਭਾਵੇਂ ਬਣੇ ਚਾਹੇ ਨਾ ਬਣੇ, ਠੀਕ ਹੈ? ਪਰ ਬਸ ਲੁੱਕ ਬਣਾਉਣੀ ਆ ਆਪਾਂ ਨੇ ਸਕੂਟਰ ਦੀ, ਬਾਕੀ ਸਾਰਾ ਕੁਛ ਐਨ ਵਧੀਆ ਏ। ਅਤੇ ਆਹ ਜਿਵੇਂ ਬਾਹਰ ਨੂੰ ਨਹੀਂ ਹੁੰਦਾ, ਜਿਵੇਂ ਜੀ ਵੈਗਨ ਦੇ ਬਾਹਰ ਨੂੰ ਨਿਕਲੇ ਹੁੰਦੇ ਸਲੰਸਰ, ਇੱਥੇ ਇਹਨੂੰ ਨਾ ਪੱਤੀ ਬੈਲਡਿੰਗ ਕਰਵਾ ਕੇ, ਇੱਥੇ ਮਤਲਬ ਕਿ ਐਨ ਹੈਵੀ ਬੈਲਡਿੰਗ ਪੱਤੀ ਕਰਵਾ ਕੇ, ਉਹ ਤੋਂ ਬਾਅਦ ਨਟ ਕੱਸ ਦੇਣੇ ਇੱਧਰ ਅੰਦਰ ਦੇ, ਨਟ ਕੱਸ ਹੋਏ ਕਰੂੰਗੇ ਇਹ, ਠੀਕ ਹੈ? ਅਤੇ ਦੂਜਾ ਜਿਹੜਾ ਹੁੰਦਾ ਏ ਇਹ ਵਾਲੇ ਪੈਪ ਤਾਂ ਲੱਗਣੇ ਨਹੀਂ ਇਹਨੂੰ, ਠੀਕ ਹੈ? ਪੈਪ ਦੂਜੇ ਲੱਗੂਗੇ ਜਿਹੜੇ ਜਰਨੇਟਰਾਂ ਦੇ ਵਿੱਚ ਲੱਗੇ ਕਰਦੇ, ਉਹਨੂੰ ਜਿੱਧਰ ਮਰਜ਼ੀ ਨੂੰ ਮੋੜ ਲਓ ਅਤੇ ਉਹ ਜਾ ਕੇ ਉੱਧਰ ਆਪਾਂ ਨੇ ਜੋੜ ਦੇਣੇ, ਠੀਕ ਹੈ? ਬਸ ਅੱਜ ਇਹ ਕਰਵਾਉਂਦੇ ਹਾਂ ਕੰਮ ਇਹਦਾ। ਤਾਂ ਉਹ ਦੇਖ ਪੈਪ ਪਿਆ ਉੱਪਰ ਮੋਟਾ, ਹਾਂ ਬਸ ਆਹ ਲਿਆ, ਹਲਕਾ ਹੀ ਹੈ ਨਾ, ਬਣ ਗਈ ਗੱਲ, ਬਣ ਗਈ ਗੱਲ। ਕੱਲ੍ਹ ਆ ਦੇਖੋ ਪਰਿੰਡਾ ਕਿਵੇਂ ਨਿਕਲ ਰਿਹਾ, ਜੇ ਇਹਨਾਂ ਨੂੰ ਛੇੜੂੰਗੇ ਆਪਾਂ ਤਾਂ ਉਹ ਬਾਬੇ ਜਮੀ ਲੋਟ ਹੈ, ਹੈ ਨਾ? ਹੁਣ ਗੇਟ ਬੰਦ ਕਰ ਦੇ, ਲਓ ਵੀ ਮਤਲਬ ਕਹਿੰਦੇ ਪੈਪ ਮਿਲ ਗਿਆ, ਠੀਕ ਹੈ? ਅਤੇ ਉਹਦੇ ਵਿੱਚ ਚੰਗੀ ਤਰ੍ਹਾਂ ਫਿੱਟ ਹੋ ਜਾਵੇ। ਇੱਥੇ ਨੂੰ ਛੱਡ ਦੇਵਾਂ, ਸਕੂਟਰ ਪਰ ਛੱਡ ਦੇਵਾਂ, ਜਾਂ ਥੱਲੇ ਚੱਲ ਇਹਨੂੰ ਮੈਂ ਛੱਡਦਾ ਉੱਪਰ, ਤੈਨੂੰ ਫੜਾ, ਤੈਨੂੰ ਫੜਾਉਂਦਾ ਮੈਂ। ਲੈ ਵੀ ਪੈਪ ਮਿਲ ਗਿਆ, ਠੀਕ ਹੈ? ਇਹਦੀ ਕਟਿੰਗ ਕੁਟਿੰਗ ਜੀ ਕਰਕੇ ਫਿਰ ਦੇਖਦੇ ਹਾਂ, ਐਡਜਸਟਮੈਂਟ ਹੁਣ ਪੱਕਾ ਕੰਮ ਕਰ ਦੇਣਾ ਆਪਾਂ ਨੇ। ਕਰਨਾ ਤਾਂ ਬਾਈ ਅਸੀਂ ਪਿਛਲੀ ਵਾਰ ਵੀ ਤਾਂ ਚੇਂਜ, ਠੀਕ ਹੈ? ਪਿਛਲੀ ਵਾਰ ਸਾਨੂੰ ਪੈਪ ਨਹੀਂ ਮਿਲਿਆ ਤਾਂ ਡਿਸੀਜਨ ਜਿਹਾ ਚੇਂਜ ਹੋ ਗਿਆ। ਲੈ ਵੀ ਪੂਰਾ ਪੂਰਾ ਆ ਜਾਵੇ ਫਿੱਟ ਹੁਣ, ਇਹ ਦੇਖੀ ਲੈ ਕਰ ਭਾਈ, ਉੱਪਰ ਤੇ ਪਾ, ਠੀਕ ਹੈ? ਓਏ ਪੱਤੀ ਕੱਢ ਕੇ ਪਏ, ਨਾ ਨਾ ਇੱਕ ਮਿੰਟ ਹੁਣ ਪਾ। ਲੈ ਵੀ ਮਿੱਤਰਾ ਐਨ ਆ ਗਿਆ ਸੈੱਟ, ਬਸ ਬਸ ਠੀਕ ਆ ਗਿਆ ਐਨ, ਹੁਣ ਐਂ ਕਰਕੇ ਹੁਣ ਬੈਲਡਿੰਗ ਨਹੀਂ, ਆ ਤਾਂ ਕੱਸ ਹੋ ਜਾਣਾ, ਟੈਟ ਹੋ ਜਾਣਾ ਇਹਨੇ ਤਾਂ। ਅਤੇ ਆਪਾਂ ਹੁਣ ਪਤਾ ਕੀ ਕਰਦੇ ਹਾਂ, ਹੁਣ ਉਹਨੂੰ ਵੱਢ ਦਿੰਦੇ ਹਾਂ, ਹੈਂ ਸੈਟਿੰਗ ਐਨ ਹੁਣੇ ਕਰ ਦੇਣੀ ਹੈ, ਹੌਲੀ 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 ਲਾ ਦੇ ਥੱਲੇ, ਆ ਦੇ ਕਿੱਡਾ ਪੈਪ। ਅਤੇ ਬਾਈ ਇਹਦੀ ਨਾ ਜਿਹੜੀ ਸਲੰਸਰ ਦੀ ਸੈਟਿੰਗ ਸੂਟਿੰਗ ਜੀ ਦੇਖ ਰਹੇ ਤੁਸੀਂ ਥੱਲੇ, ਤੇ ਮਤਲਬ ਸਾਰੀ ਸੈੱਟ ਆ ਜੂਗੀ, ਲਾ ਕੇ ਦਿਖਾਈ ਪੀ ਹਾਂ ਮੜੇ, ਆਹ ਲਾ ਕੇ ਦਿਖਾ ਪਹਿਲਾਂ, ਇਹ ਤਾਂ ਐਵੇਂ ਲੱਗ ਜਾਣਾ, ਠੀਕ ਹੈ? ਪਿੱਛੇ ਤੁਹਾਨੂੰ ਇੱਕ ਵਾਰ ਲੁੱਕ ਦਿਖਾ ਦਿੰਦਾ ਮੈਂ, ਪਿੱਛੇ ਤੇ ਲੁੱਕ ਐਵੇਂ ਦੀ ਆਜੂਗੀ, ਠੀਕ ਹੈ? ਮਤਲਬ
ਐਵੇਂ ਹੋਇਆ ਨਾ ਇਹ ਬਸ ਠੀਕ ਹੈ ਠੀਕ ਹੈ ਐਵੇਂ ਪਿੱਛੇ ਤੇ ਲੁੱਕ ਐਵੇਂ ਦੀ ਆ ਜੂਗੀ ਅਤੇ ਆਹ ਚੀਜ਼ ਲੱਗ ਜਾਣੀ ਇਸ ਤਰ੍ਹਾਂ ਅਤੇ ਆਹ ਚੀਜ਼ ਢੋਲਕੀ ਸਾਨੂੰ ਪੈਣੀ ਖੋਲ੍ਹਣੀ ਸਿਰਫ ਕੁਛ ਨਹੀਂ ਕਰਨਾ ਪੈਣਾ ਇਹ ਚੀਜ਼ ਖੋਲ੍ਹ ਕੇ ਠੀਕ ਹੈ ਅਤੇ ਆਹ ਚੀਜ਼ ਬਸ ਪੈਪ ਵਿੱਚ ਪਾਲਣਾ ਆਪਾਂ ਨੇ ਕਿਉਂਕਿ ਹੈਗਾ ਤਾਂ ਮਾੜਾ ਬੈਲਡਿੰਗ ਦਾ ਕੰਮ ਹੈ ਹੁਣ ਬੈਲਡਿੰਗ ਸਾਨੂੰ ਪਤਾ ਨਹੀਂ ਹੈਗਾ ਆਉਂਦੀ ਜਾਂਦੀ ਹੈ ਨਹੀਂ ਬੈਲਡਿੰਗ ਕਰਨੀ ਅਤੇ ਉਹ ਮਿਸਤਰੀ ਨੂੰ ਮਿਸਤਰੀ ਤੇ ਕਰਵਾਉਣੀ ਪੈਣੀ ਆਹੋ ਜੇ ਅਸੀਂ ਖੋਲ੍ਹ ਲਿਆ ਮਤਲਬ ਕਿ ਕਟਿੰਗ ਵਟਿੰਗ ਕਰਤੀ ਠੀਕ ਹੈ ਫਿਰ ਸੈੱਟ ਨਹੀਂ ਆਉਣਾ ਕੰਮ ਸਾਡੇ 'ਤੇ ਯਾਨੀ ਕਿ ਹੁਣ ਐਂ ਸਾਡੇ ਕੋਲ ਸਮਾਨ ਪੂਰਾ ਪਿਆ ਏ ਸਲਾਂਸਰ ਵੀ ਪਿਆ ਅਤੇ ਪੈਪ ਵੀ ਪਿਆ ਠੀਕ ਹੈ ਮੈਂ ਹੁਣ ਚੀਜ਼ਾਂ ਖੋਲ੍ਹ ਕੇ ਅਤੇ ਗਲੀਆਂ ਕੱਢ ਕੇ ਉਹ ਸਲਾਂਸਰ ਕੱਸ ਕੇ ਸਿਰਫ ਇੱਕ ਬਸ ਆਪਾਂ ਨੇ ਫਿਟਿੰਗ ਫਿਟਿੰਗ ਕਰਨੀ ਹੈ ਹੋਰ ਕੁਛ ਨਹੀਂ ਕਰਨਾ ਹੈਗਾ ਕਰਦੇ ਇਹਨੂੰ ਸਿੱਧਾ ਐਪੀ ਸਿੱਧਾ ਕਰਦੇ ਦੇਖ ਤੇਲ ਕਿੰਨਾ ਚੁੱਕ ਗਿਆ ਮਾੜਾ ਛੇਤੀ ਕਰਦੇ ਸਿੱਧਾ ਅਤੇ ਕੰਮ ਮਤਲਬ ਸਾਰਾ ਠੀਕ ਹੈ ਹੁਣ ਇਹ ਸਲਾਂਸਰ ਦਾ ਸਾਡੇ ਕੋਲ ਕੰਮ ਹੈ ਨਹੀਂ ਤਾਂ ਕੋਈ ਠੀਕ ਹੈ ਅਤੇ ਫਿਰ ਅਸੀਂ ਇਹਦੇ ਵਿੱਚ ਫਿੱਟ ਕਰ ਦੇਣਾ ਹੁਣ ਹੈ ਨਾ ਮਤਲਬ ਫਿਰ ਤੂੰ ਐਂ ਦੇਖੀ ਰਿਐਕਸ਼ਨ ਚੈੱਕ ਕਰੇ ਕਹਿੰਦੀ ਭਾਵੇਂ ਆਵਾਜ਼ ਨਾ ਬਣੇ ਇਹਦੀ ਆਵਾਜ਼ ਬਣੂਗੀ ਪਰ ਮੋਟੀ ਬਣੂਗੀ ਨਾ ਥੋੜ੍ਹੀ ਜੀ ਇਹਦੇ ਵਿੱਚ ਚਾਰ ਨਟ ਇਹਦੇ ਵਿੱਚ ਪਾ ਕੇ ਅਤੇ ਇਹੋ ਜਿਹਾ ਮੈਂ ਤੁਹਾਨੂੰ ਗਰੰਟੀ ਦਿੰਦਾ ਇਹੋ ਜਿਹਾ ਇਲਾਕੇ ਦੇ ਵਿੱਚ ਨਹੀਂ ਹੋਊਗਾ ਸਲਾਂਸਰ ਇਲਾਕੇ ਦੇ ਵਿੱਚ ਹੋਊਗਾ ਨਹੀਂ ਇੰਡੀਆ 'ਚ ਤਾਂ ਭਾਵੇਂ ਹੋਵੇ ਚਾਹੇ ਨਾ ਹੋਵੇ ਮੈਂ ਦੇਖੀ ਇੱਕ ਹੈਗੀ ਤੀ ਇੰਡੀਆ 'ਚ ਤਾਂ ਅਤੇ ਇਲਾਕੇ 'ਚ ਨਹੀਂ ਹੋਊਗੀ ਇਹ ਚੀਜ਼ ਇਹੋ ਜਿਹਾ ਸਲਾਂਸਰ ਪਾ ਦੂੰਗੇ ਇਹਦਾ ਇਲਾਕੇ ਵਿੱਚ ਗੱਭਰੂ ਦੀ ਫੁੱਲ ਝੰਡੀ ਅੱਗੇ ਫਿਰ ਉਹਨੇ ਜੀਪ ਲੰਡੀ ਰੱਖੀ ਹੋਈ ਸੀ ਅਸੀਂ ਚੇਤਕ ਰੱਖਿਆ ਵਾ ਬਸ ਐਂ ਵੀ ਆਹ ਚੀਜ਼ ਖੋਲ੍ਹ ਕੇ ਬਸ ਇੱਧਰ ਨੂੰ ਘੁਮਾ ਦੇਣੀ ਘੁਮਾਉਣਾ ਹੀ ਹੈ ਕੰਮ ਇੰਨਾ ਕੁਛ ਜ਼ਿਆਦਾ ਨਹੀਂ ਹੈਗਾ ਅਤੇ ਜੇ ਬਾਈ ਅਸੀਂ ਉਹਦਾ ਮਤਲਬ ਕਿ ਉਹ ਚੀਜ਼ ਦੀ ਮੈਂ ਸ਼ਾਇਦ ਵਲੌਗ ਨਾ ਪਾਵਾਂ ਠੀਕ ਹੈ ਸਿਰਫ ਸਿੱਧਾ ਆਪਾਂ ਸਲਾਂਸਰ 'ਤੇ ਲਿਆਉਂਗੇ ਕਿ ਨਹੀਂ ਉਹਦਾ ਕੱਟ ਵੱਢ ਗਈ ਉਹ ਕੱਟ ਵੱਢ ਲੋਕਾਂ ਨੇ ਕਿਸੇ ਨੇ ਕਰਨਾ ਹੁੰਦਾ ਆਹੋ ਉਹਦੇ ਵਿੱਚ ਕੱਟ ਵੱਢਿਆ ਠੀਕ ਹੈ ਉਹਦਾ ਵੀ ਕਿਆ ਇੰਟਰਸਟ ਹੈ ਬਾਕੀ ਜਿੱਦਣ ਸਲਾਂਸਰ ਲੱਗ ਗਿਆ ਇੱਕ ਅੱਧੇ ਦਿਨ 'ਚ ਸ਼ਾਇਦ ਕੱਲ੍ਹ ਨੂੰ ਲਗਵਾ ਦੇਵਾਂ ਮੈਂ ਇਹ ਠੀਕ ਹੈ ਅਤੇ ਫਿਰ ਸਿੱਧੀ ਵਲੌਗ ਏ ਪਾਉਂਗੇ ਠੀਕ ਹੈ ਆਪਾਂ ਵੀ ਸਲਾਂਸਰ ਪਵਾ ਤਿਆ ਥੱਲੇ ਲਿਆ ਇਹਨੂੰ ਉਹਦਾ ਮਾੜਾ ਡੁੱਲ ਗਿਆ ਓਏ ਥੱਲੇ ਨੂੰ ਲਿਆ ਬ੍ਰੇਕ ਨਹੀਂ ਹੈਗੀਆਂ ਬ੍ਰੇਕ ਨਹੀਂ ਹੈਗੀ ਲਿਆ ਲਿਆ ਕੋਈ ਨਹੀਂ ਮੈਂ ਰੁਕ ਦੂੰਗਾ ਹੈਗਾ ਪੈਰ ਲਾ ਲਈ ਅੱਜ ਚੈਲੰਜ ਕਰਨ ਲੱਗੇ ਤੇ ਵਿਦਆਊਟ ਬ੍ਰੇਕ ਫੁੱਲ ਚੜੀਏ ਨਹੀਂ ਬਹਿ ਜਾ ਖੁੰਝੋ ਬਹਿ ਜਾ ਯਾਰ ਡਰਦਾ ਕਾਹਨੂੰ ਛੱਡ ਮੈਂ ਫੜੂੰਗਾ ਇੱਧਰ ਤੇ ਛੱਡ ਦੇ ਓਕੇ ਦਾ ਹਮਾ ਬ੍ਰੇਕ ਨਹੀਂ ਹੈਗੇ ਦਿਖਾ ਦੇ ਬ੍ਰੇਕ ਬਰੂਕ ਨਹੀਂ ਹੈਗੇ ਅਗਲੇ ਵੀ ਨਹੀਂ ਹੈਗੇ ਪਿੱਛਾ ਉਹਦਾ ਤੇਲ ਪਾ ਕੇ ਚੱਲ ਪਊਗਾ ਸਲਾਂਸਰ ਵਾਲਾ ਬਾਬੇ ਹੁਣ ਕੰਮ ਆਪਾਂ ਪੂਰਾ ਫਾਈਨਲ ਕਰ ਦੇਣਾ ਠੀਕ ਹੈ ਹੁਣ ਅਸੀਂ ਲੱਗਿਆ ਬਾਈ ਦਿਖੂਗਾ ਤੁਹਾਨੂੰ ਸਲਾਂਸਰ ਵੀ ਹਾਂ ਵੀ ਆ ਗਿਆ ਵਲੌਗ ਠੀਕ ਹੈ ਅਤੇ ਬਸ ਇੱਕ ਵਾਰ ਫਿਟਿੰਗ ਆ ਜਾਵੇ ਵਧੀਆ ਜੀ ਹੈ ਨਾ ਕਹਿੰਦੇ ਅੱਜ ਮੁੰਡੇ ਦੀ ਪ੍ਰੀ ਵੈਡਿੰਗ ਹੋ ਰਹੀ ਸ਼ੂਟ ਪ੍ਰੀ ਵੈਡਿੰਗ ਸ਼ੂਟ ਹੋ ਰਹੀ ਹੈ ਤੇਰੇ ਵਿਆਹ ਨੂੰ ਐਂ ਹੀ ਆ ਫੋਟੋਆਂ ਖਿੱਚ ਦੇਣੀਆਂ ਸਾਲੀਆਂ ਲੰਡੂ ਜੀ ਵਾਲੀਆਂ ਛੱਡ ਜਾ ਹੋਰ ਚੱਕ ਅੱਖ ਜੀ ਚੱਕ ਲੈ ਵੀ ਕਹਿੰਦੇ ਹਨੇਰਾ ਵੀ ਹੋ ਗਿਆ ਪਿੱਛੇ ਕੰਮ ਜਿਹਾ ਕਰਕੇ ਆਏ ਤਾਂ ਥੋੜ੍ਹਾ ਜਿਹਾ ਠੀਕ ਹੈ ਅਤੇ ਫਿਰ ਇੰਨੀ ਛੇਤੀ ਹਨੇਰਾ ਵੀ ਹੋ ਗਿਆ ਨਹੀਂ ਰੱਖਣਾ ਤਾਂ ਵਲੌਗ ਨੂੰ ਕੰਟੀਨਿਊ ਅਤੇ ਬਾਈ ਅੱਜ ਦਾ ਪਹਿਲਾਂ ਵੈਸੇ ਨਾ ਵੀਡੀਓ ਅਸੀਂ ਬਣਾਉਣੀ ਪਤਾ ਕਿਹੜੀ ਸੀ ਇਹਦੀ ਪਤੰਦਰ ਦੀਆਂ ਹੈ ਨਹੀਂ ਬ੍ਰੇਕਾਂ ਠੀਕ ਹੈ ਅਤੇ ਅਸੀਂ ਰੱਖਣਾ ਤਾਂ ਚੈਲੰਜ ਵੀ ਖੜ ਜੋ ਇਹਨੂੰ ਉੱਪਰ ਲਾ ਦਈਏ ਕਿਤੇ ਗਿਰ ਨਾ ਜਾਵੇ ਇਹ ਐਂ ਫੜ ਕੇ ਆਹ ਹੁੰਦਾ ਜਿੰਮ ਦਾ ਅਸਰ ਚੱਲ 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 ਐਂ ਤਾਂ ਫਾਇਦਾ ਬਾਈ ਜਿੰਮ ਦਾ ਐਂ ਤਾਂ ਫਾਇਦਾ ਏ ਅਤੇ ਤੁਹਾਨੂੰ ਦੱਸਦਾ ਮੈਂ ਅਸੀਂ ਵੈਸੇ ਇਹਦੀਆਂ ਹੈ ਨਹੀਂ ਬਾਈ ਬ੍ਰੇਕਾਂ ਠੀਕ ਹੈ ਅਸੀਂ ਬਣਾਉਣਾ ਤਾਂ ਵਲੌਗ ਅੱਜ ਦੇ ਵਲੌਗ ਦੇ ਵਿੱਚ ਬਾਕੀ ਹੈਗਾ ਐਵੇਂ ਤਾਂ ਵੀ ਆਪਾਂ ਨੇ ਬਾਈ ਸਿਰਫ ਚੀਜ਼ਾਂ ਕਲੈਕਟ ਕਰੀਆਂ ਠੀਕ ਹੈ ਜਿਹੜੀ ਜਿਹੜੀ ਚੀਜ਼ ਇਹਦੇ ਵਿੱਚ ਪੈਣੀ ਤੀ ਕਿਉਂਕਿ ਫਿਰ ਜਦੋਂ ਆਪਾਂ ਕੰਮ ਕਰਨਾ ਤਾਂ ਐਟ ਏ ਟਾਈਮ ਠੀਕ ਹੈ ਫਿਰ ਉਹ ਚੀਜ਼ਾਂ ਦੀ ਲੋੜ ਪੈਣੀ ਤੀ ਨਹੀਂ ਫਿਰ ਐਟ ਏ ਟਾਈਮ ਲੱਭਦੇ ਫਿਰ ਉਹ ਵਲੌਗ ਦੇ ਵਿੱਚ ਸਿਰਫ ਇਹੀ ਤਾਂ ਅਤੇ ਜਦੋਂ ਮਤਲਬ ਕਿ ਸਲਾਂਸਰ ਸਲੂੰਸਰ ਲੱਗ ਜੂਗਾ ਉਹ ਇੱਕ ਅੱਧੀ ਕਲਿੱਪ ਜੋ ਵੀ ਹੈ ਮੈਂ ਐਡ ਕਰ ਦੂੰਗਾ ਵਿੱਚ ਬਾਕੀ ਹੁਣ ਆਪਾਂ ਸਿੱਧਾ ਚੇਤਕ ਤੇ ਤਦੇ ਮਿਲੂੰਗੇ ਜਦੋਂ ਸਲਾਂਸਰ ਲੱਗ ਜੂਗਾ ਠੀਕ ਹੈ ਬਾਕੀ ਨਹੀਂ ਚੇਤਕ ਦਾ ਵਲੌਗ ਨਹੀਂ ਮੈਂ ਪਾਊਂਗਾ ਨਹੀਂ
ਇੰਨੀ ਵੀ ਗਰੰਟੀ ਹੈ ਵੀ ਮਤਲਬ ਹੁਣ ਆਪਾਂ ਨੇ ਡਨ ਕਰ ਦੇਣਾ ਇਹਦਾ ਸਲੈਂਸਰ ਲਵਾ ਲੈਣਾ ਠੀਕ ਹੈ ਹੁਣ, ਕਿਉਂਕਿ ਵੇਸਟ ਹੈ ਯਾਰ ਇਹ ਨਹੀਂ ਪਿਆ ਪਿਆ ਜੰਗ ਲੱਗ ਜੂਗੀ ਠੀਕ ਨਹੀਂ, ਇਹਦੇ ਚੰਗਾ ਆਪਾਂ ਇਹਨੂੰ ਯੂਜ਼ 'ਚ ਲੈ ਲਈਏ ਅਤੇ ਅਸੀਂ ਬਣਾਉਣਾ ਤਾਂ ਚੈਲੰਜ ਵੀ ਬ੍ਰੇਕਾਂ ਤੋਂ ਬਿਨਾਂ ਲੈ ਕੇ ਜਾਣਾ ਠੀਕ ਹੈ ਇਹਨੂੰ ਖੈੜ ਬਾਜ਼ਾਰ ਦੇ ਵਿੱਚ ਲੈ ਕੇ ਜਾਣਾ ਦਾ, ਅਤੇ ਫਿਰ ਇਹ ਚੈਲੰਜ ਤਾਂ ਇਹ ਸਭ ਤੋਂ ਡਿਫੀਕਲਟ ਚੈਲੰਜ ਤਾਂ ਠੀਕ ਹੈ, ਬਾਕੀ ਫਿਰ ਅਸੀਂ ਅੱਜ ਚਲੋ ਮੈਂ ਕਿਹਾ ਵੀ ਸਲੈਂਸਰ ਦਾ ਕਰ ਲਈਏ ਪਹਿਲਾਂ ਉੱਥੇ ਬਾਅਦ ਲੈ ਕੇ ਚੱਲੂੰਗੇ, ਫਿਰ ਨਾਲੇ ਸਮਰਾ ਲਿਆਉਂਗੇ ਠੀਕ ਹੈ, ਨਾਲੇ ਜੋ ਵੀ ਇਹਦੀ ਬ੍ਰੇਕਾਂ ਬਰੁੱਕਾਂ ਦੀ ਪ੍ਰੋਬਲਮ ਉਹ ਸਮਰਾ ਲਿਆਉਂਗੇ, ਅਤੇ ਪਹਿਲਾਂ ਸਲੈਂਸਰ ਦਾ ਕਰੀਏ ਯਾਰ ਠੀਕ ਹੈ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਵੀ ਕਿਵੇਂ ਦਾ ਲੱਗੂਗਾ, ਲੱਗੂਗਾ ਕਿਆ, ਉਹ ਤਾਂ ਆਪਾਂ ਨੇ ਲਾ ਹੀ ਦੇਣਾ। ਬਾਕੀ ਮੇਰਾ ਵੀਰ ਅੱਜ ਦਾ ਵਲੌਗ ਕਰਦੇ ਇੱਥੇ ਐਂਡ, ਜੇ ਵਲੌਗ ਵਧੀਆ ਲੱਗਿਆ ਤਾਂ ਇੱਕ ਲਾਈਕ ਕਰ ਦਿਓ ਜ਼ਰੂਰ ਠੀਕ ਹੈ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਿਓ। ਬਾਕੀ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ, ਟਿਲ ਦੈਨ ਬਾਏ।